بسم الله الرحمن الرحيم. السلام عليكم. اياك نعبد واياك نستعين. جي تاك يا سيدي صاحب شيت وغيرها لگی ہے لینا لی سٹرائک شیٹ اجیرے پارٹی پر دو ٹون آؤٹ آف ٹاؤن ان پارٹی کیڑی پارٹی پر جلے ہاں کیڑے ٹون چ جلے ہاں یہ تسا کی اتھے جلی تھا باسا فی الحال موسم اج بڑا سونا جہا بنیا ماڑی ماڑی ہوا بھی ہے ਤਾਂ ਧੁੱਪ ਵੀ ਚੰਗੀ ਕੜਾਕੇ ਨਹੀਂ ਚੜੀ ਹੋਈ ਹੈ ਇਸ ਵਾਰ 21 ਡਿਗਰੀਸ ਆਈ ਥਿੰਕ ਐਂਡ ਰਸਤਾ ਵੀ ਤੁਸੀਂ ਦੱਸਣੇ ਆ ਰਾਹ 'ਚ ਵੀ ਕਿਹੜੇ ਕਿਹੜੇ ਰਾਹ ਪਰ ਜਾ ਸਾਂ ਉਹ ਵੀ ਤੁਸਾਂ ਨਾਲ ਸ਼ੇਅਰ ਕਰ ਸਾਂ ਫਿਲਹਾਲ ਇਹਦਾ ਬਾਹਰ ਰਹਿਣਾ ਥੋੜ੍ਹਾ ਜਿਹਾ ਵੀਊ ਕਰ ਰਹੇ ਹਾਂ ਕੋਈ ਧੁੱਪਣ ਝਟਕਾ ਉਹ ਲੱਗੇ ਉਹ ਵਿੰਡੇ ਸ਼ਵਾਲੇ ਮਾਰਨ ਲੱਗੇ ਆ ਵਾਹ ਲਵਾਉਣ ਲੱਗੇ ਆ ਨੰਗਾ ਫੰਗਾ ਵਾਈ ਡੋਵੇ ਕਮ ਡਾਊਨ ਸੈਸ ਉਹ ਲੱਗੇ ਉਹ ਹੈ ਉਸ ਵੇਲੇ ਚ ਖੜਦੇ ਅਸੀਂ ਪਾਰ ਮੈਂ ਆ ਬੁੰਡਾਲ ਗੱਪ ਛੱਪ ਲਾਈ ਹੈ ਗਾਣੇ ਛਾਣੇ ਬੜੇ ਗਾਣਾ ਆ ਤੱਕਣੇ ਆ ਸੁਣਾਉਣਾ ਯਾਨੀ ਆ ਸ਼ਰਾਬ ਬੁਣੀ ਜਾਣੀ ਜੇ ਬੁਣ ਆਇਆ ਹੋਈ ਤਾਂ ਬਾਕੀ ਨੇ ਤੱਕੀ ਨਾ ਉਸੇ ਜੀ ਵੀ ਤੁਸਾਂ ਬਾਹਰ ਨੂੰ ਮੌਸਮ ਹਾਲਾਤ ਵਾਕਿਆਤ ਬੰਦਾ ਕੋਈ ਐਡਾ ਆਇਆ ਕੋਈ ਸਟੇਟੇ 'ਚ ਪਾਰਕਾਂ ਛੱਡ ਕੇ ਮੌਸਮ ਚੰਗਾ ਹੋਇਆ ਤਾਂ ਪਾਰਕਾਂ 'ਚ ਨਸੀ ਜਾ ਰਿਹਾ ਅਸਾਂ ਕੋਈ ਬੈਠੇ ਹਾਂ ਗੱਡੀ 'ਚ ਭਾਈ ਸ਼ੋਹਾਕਰ ਆਈ ਗਏ ਸਰ ਮੈਂ ਚਲੋ ਗੱਡੀ 'ਚ ਬਹਿਣੇ ਹਾਂ ਫਿਰ ਮੁੜੀ ਸਟਾਰਟ ਕਰਨੇ ਤਾਂ ਬਾਹਰਾਂ ਨੂੰ ਮੌਸਮ ਵੀ ਤੁਸੀਂ ਦੱਸਿਆ ਹੁਣ ਰਾਹ ਵੀ ਦੱਸ ਰਹੇ ਹਾਂ ਜਿੱਥੇ ਇਸ ਰਾਹ ਬਣਿਆ ਅਸਾਂ ਜੀ ਰਹੇ ਹਾਂ ਕਿਹੜੇ ਟੋਨ 'ਚ ਜੀ ਰਹੇ ਹਾਂ ਕਿਹੜੀ ਜਗ੍ਹਾ ਜੀ ਰਹੇ ਹੋ ਤੁਸੀਂ ਉੱਥੇ ਜੁੜੀ ਤਾਂ ਦੱਸ ਤਾਂ ਰਾਹ ਨੂੰ ਤੁਸੀਂ ਥੋੜ੍ਹਾ ਬਹੁਤਾ ਵਿਊ ਕਰਾਉਣੀ ਆ ਕੁਦਰੇ ਕੁਦਰੇ ਜਾ ਸਾਂ ਤਾਂ ਰਾਹ 'ਚ ਹੋਰ ਕਿਆ ਕਿਆ ਚੀਜ਼ ਹੈ ਕੋਈ ਸਰਵਿਸ ਸਟੇਸ਼ਨ ਬਣਾਈ ਗਈ ਇੱਥੋਂ ਪਹਿਲੇ ਡੀਜ਼ਲ ਪਵਾਈ ਕਹਿੰਦੇ ਹਾਂ ਪੈਟਰੋਲ ਤਾਂ ਫਿਰ ਅੱਗੇ ਟੁੱਟ ਰਹੇ ਹਾਂ ਗੱਡੀ 'ਚ ਪੈਟਰੋਲ ਪਵਾਇਆ ਨਿਕਲੀ ਆਏ ਹਾਂ ਪਹੁੰਚੀ ਆਏ ਹਾਂ ਸ਼ਿਕੋਨ ਰੋਡ ਹੈ ਪਰ ਥੋੜ੍ਹਾ ਥੋੜ੍ਹਾ ਵਿਊ ਵੀ ਕਰੋ ਅਦਰਵਾਈਜ਼ ਵੀਡੀਓ ਬਹੁਤ ਲੰਬੀ ਹੋਈ ਹੈ ਅਸੀਂ ਉੱਥੇ ਵੀ ਕੋਈ ਥੋੜ੍ਹੀ ਬਹੁਤੀ ਬਣਾਉਣੀ ਹੈ ਥੋੜ੍ਹੀ ਥੋੜ੍ਹੀ ਰਾਹ ਨਹੀਂ ਬਣਾਉਣੇ ਆ ਕੋਈ ਥੋੜ੍ਹੀ ਜਿਹੀ ਉੱਥੇ ਨਹੀਂ ਬਣਾਈ ਸਾਨੂੰ ਬਣ ਦੇ ਲਾਈਕ ਇੱਕੇ ਵੀਡੀਓ ਰੱਖੀ ਆ ਦੋ ਪਾਰਟ ਇਸ ਨੇ ਨਾ ਬਣਾਓ ਲੰਬੀ ਹੋਈ ਤਾਂ ਤਾਂ ਵੀ ਪੂਰੀ ਤੱਕ ਹੀ ਹੋਣੇ ਵੀਡੀਓ ਬੜੇ ਮਜ਼ੇ ਨਹੀਂ ਹੋਣੇ ਲਈ ਆ ਜੀ ਉੱਪਰ ਬਿਲਡਿੰਗ ਹੈ ਕੋਈ ਇਮਾਰਤ ਜੀ ਬਣੀ ਵੀ ਗਲੀ ਵੀ ਲੱਗੀ ਉੱਪਰ
ਟਾਈਮ ਹੋਇਆ ਤਕਰੀਬਨ 6:30 ਨਾ ਉਸਨੇ ਬਾਹਰ ਤਾਂ ਟੋਲ ਹੈ ਲੀਕ ਨਾ ਉਹ ਲਾਇਆ ਬਿਲਕੁਲ ਛੋਟਾ ਜਿਹਾ ਟੋਲ ਅੰਦਰ ਸਾਫ ਸੁਥਰਾ ਕੋਈ ਗੰਦ ਨਹੀਂ ਕੋਈ ਰਬਿਸ਼ ਉੱਥੇ ਨਜ਼ਰ ਤੋਂ ਸਾਡੀ ਨਾਲ ਅਸਾਂ ਨੈਵੀਗੇਸ਼ਨ ਵੀ ਲਾਏ ਆ ਜਿੱਥੇ ਅਸਾਂ ਜੁਲੇ ਹਾਂ ਉੱਥੇ ਨਾ ਅਸਾਂ ਕਿਸੇ ਹੀ ਪਤਾ ਨਹੀਂ ਇਸ ਵਾਸਤੇ ਨੈਵੀਗੇਸ਼ਨ ਲਾਈ ਕਿੰਦਾ ਸੀ ਤਾਂ ਝੰਡੇ ਤਾਂ ਕੋਈ ਬ੍ਰਿਟਿਸ਼ ਝੰਡੇ ਵੀ ਲੱਗੇ ਫਿਰ ਇਸ ਟੋਨ 'ਚ ਹਾਂ ਤੁਸੀਂ ਦਿਸ ਰਹੇ ਹੋ ਸਰ ਬਿਲਡਿੰਗਾਂ ਪਰ ਸਾਈਡਾਂ ਪਰ ਲੱਗੇ ਵੀ ਝੰਡੇ ਵੀ ਪੁੱਛਦਾ ਆਏ ਹਾਂ ਅਸਾਂ ਹਾਲਾ 'ਚ ਹਾਲ ਕਿਹੜੇ ਆ ਉੱਥੇ ਜੁੜੀ ਦਾ ਤੁਸੀਂ ਦੱਸ ਰਹੇ ਹਾਂ ਕਾਰ ਪਾਰਕਾਂ 'ਚ ਗੱਡੀ ਖੜਾਈ ਹੈ ਮਸੇ ਅਸੀਂ ਕਿ ਥੋੜ੍ਹਾ ਬਾਹਰ ਨਹੀਂ ਵਿਊ ਕਰਾਉਣੇ ਆ ਅੱਜ ਮਸੇ ਮਹਿਮਾਨ ਅੱਛਣ ਲੱਗੇ ਤਾਂ ਜੁੜੇ ਅੰਦਰ ਖਾਣੇ ਆਈਏ ਵੈਡਿੰਗ ਵਲੀਮਾ ਪਾਰਟੀ ਤੱਕ ਹੋ ਜੀ ਐਕਸਲੈਂਸੀ ਸੈਂਟਰ ਐਕਸਲੈਂਸੀ ਉਹ ਬੜੀ ਬਿਲਡਿੰਗ ਹੈ ਇਸ ਨੇ ਪੜ੍ਹ ਲਿਖੇ ਆ ਬਾਹਰ ਵੀ ਕਾਰ ਪਾਰਕ ਕਰ ਤਾਂ ਕੋਈ ਲੈਮਜ਼ੀਨ ਆਈ ਹੈ ਇਹ ਤੁਸੀਂ ਕੀ ਦੱਸਣੇ ਆ ਹੈ ਬਾਕੀ ਲਿੰਬੂ ਪੂਰਾ ਬੱਕਰਾ ਗਾਰੇ ਵੀ ਪਏ ਅਜੇ ਬੱਲੋਂ ਲੱਗੇ ਟੋਲਟਾਂ 'ਚ ਆਏ ਸਨ ਪਰ ਇੱਥੇ ਲਾਏ ਆ ਇਹਨਾਂ ਤੱਕ ਕਿਆ ਆ ਟੋਲਟਾਂ ਵੀ ਇਹਨਾਂ ਦੀਆਂ ਬੜੀਆਂ VIP ਸਾਫ਼ ਸੁਥਰੀਆਂ ਬਾਹਰੋਂ ਦਾ ਤੁਸੀਂ ਤੱਕ ਕਹਿੰਦਾ ਸੀ ਬਾਹਰੋਂ ਦਾ ਸਾਹਿਬ ਹੁਣ ਜੁਲੇ ਆ ਅੰਦਰ ਅੰਦਰ ਵੀ ਜੁਲੇ ਆ ਤੱਕੜੇ ਅੰਦਰ ਕਹਿ ਕੇ ਜਾਵਾਂਗੇ ਮੈਂ ਤਾਂ ਵੀ ਟੋਰੋਂ ਅੰਦਰ ਆ ਗਈ ਹਾਂ ਸਾਹਮਣੇ ਲੱਗੇ ਆ ਫਾਂਟਨ ਫੁੱਲ ਵੀ ਆਏ ਹਾਂ ਉੱਧਰ ਵੀ ਫੁੱਲ ਛੁੱਲ ਕਾਫੀ ਹੈ ਅਤੇ ਇੱਧਰ ਜਿੱਥੇ ਚੱਲ ਗਈਆਂ ਹਾਲ ਕਿਹੜਾ ਹੈ ਇਹ ਤੁਸੀਂ ਅਸੀਂ ਉਵੇਂ ਦੱਸ ਰਹੇ ਹਾਂ ਤੂੰ ਕਲੋਜ਼ ਅਪ ਕਰੀ ਹੈ ਕੋਈ ਪੁਰਾਣੇ ਜ਼ਮਾਨੇ ਦੀ ਲਾਈਟ ਵੀ ਲੱਗੀ ਨੇ ਇਹਨਾਂ ਲਾਈ ਵੀ ਤਾਂ ਕਹੀਏ ਸਟਰੀਟ ਲਾਈਟ ਹੋਣੀਆਂ ਉਸਨੇ ਪਹਿਲੇ ਪਹਿਲੇ ਕੋਈ 50-60 ਹੋਈ ਦੱਸ ਰਹੇ ਹਾਂ ਜੀ ਇੱਧਰ ਗਸੇਟਾਂ ਜਿਹੜੀਆਂ ਠੀਕ ਗਈਆਂ ਉਹ
ਥੋੜਾ ਕਲੋਜ਼ ਅਪ ਕਰਾਂ। ਅੰਦਰ ਲਾਈਵ ਮਿਊਜ਼ਿਕ ਵੀ ਚੱਲ ਹੀ ਰਿਹਾ, ਬਿਲਕੁਲ ਲਾਈਵ, ਬੰਦਾ ਉੱਥੇ ਖਲਦੇ ਆ, ਗਾਣ ਲੱਗੇ ਆ। ਕੇਕ ਚੈੱਕ ਕਰੋ, ਹੁਣ ਜੁੜੇ ਹਾਂ ਲੈਚ ਅੰਦਰ। ਆਦਾ ਨੇ ਰਹੀ ਹੈ ਸਰ, ਮੈਂ ਆਪਣੀ ਤਾਂ ਬਣਾ ਲਈ ਨਾ, ਸਬਸਕ੍ਰਾਈਬ ਕੀਤੇ ਹੈ ਕੋਈ ਨੀ, ਹੁਣ ਮੈਂ ਚੈੱਕ ਕਰਨਾ ਫੋਨ ਦੂਸਰਾ ਨਾ ਗੱਲ ਠੀਕ ਹੋ ਐਂ ਸਬਸਕ੍ਰਾਈਬ ਕੀਤਾ ਸੀ ਨਾ ਸਹੀ ਹਾਂ ਠੀਕ ਹੈ ਫਿਰ ਠੀਕ ਹੈ ਇਹ ਦੱਸਦੇ ਪੋਤਰੀਆਂ ਨੂੰ ਫਾਇਦਾ ਕਿਆ ਹੋਣਾ ਹੋਰ ਠੀਕ ਠਾਕ ਹੋਣੀ ਚਾਹੀਦੀ ਹੈ ਕਿ ਨਾ ਨਾ ਕਿਆ ਕਰਨੀ ਹੋ ਬਾਬੇ ਯੂਟਿਊਬ
gents, once again, I have a request that all guests very kindly take their seats, please. So once again, ladies and gentlemen, I have a request that all guests very kindly take their seats, please. So all family friends kindly be seated now. Thank you. ਕਿਹਾ ਸੀ ਜੀ ਅੰਦਰ ਕਾਫੀ ਰਸ਼ ਰੋਲਾ ਦਵਾਈ ਮਿਊਜ਼ਿਕ ਲੱਗੇ ਆ ਹਰ ਕਿਸਮ ਦਾ ਰੋਲਾ ਆ ਕਿਆ ਤੁਸੀਂ ਦੱਸਾਂ ਲਾਊਡ ਮਿਊਜ਼ਿਕ ਗਾਣੇ ਵਾਲਾ ਬਾਅਦ ਲਾਈਵ ਸ਼ੋਅ ਵੀ ਚੱਲਣ ਲੱਗੇ ਆ ਅਤੇ ਦੋਵੇਂ ਲਾਏ ਨੇ ਇੰਸਟਰੂਮੈਂਟ ਵੀ ਅਤੇ ਮੀਂਹ ਕਿਸੇ ਸਿਰੇ ਦਰਦ ਉਧਰੋਂ ਬੇਈ ਬੇਈ ਦਾ ਥੋੜ੍ਹਾ ਅੱਕੇ ਵੀ ਗਿਆ ਸਾਂ ਮੈਂ ਜੁਲਿਆ ਬਾਹਰ ਬਾਦਸ਼ਾਹ ਲਵਾ ਲਏ ਆ ਅਤੇ ਬਾਹਰ ਇਹਨਾਂ ਦਾ ਹਾਲਾਤ ਤੁਸੀਂ ਦੱਸੀ ਜੋ ਟਾਈਮ ਤਕਰੀਬਨ 9 ਵਜੇ ਨਾਲ ਹੋਏ ਆ ਤੁਹਾਨੂੰ ਨੇਰਾ ਵੀ ਪੈਣਾ ਜਾਣਾ ਆ ਚਲੋ ਇੱਕ ਵਾਰੀ ਫਿਰ ਮੈਂ ਵਿਊ ਕਰਾਈ ਉਹਨਾਂ ਤੁਸੀਂ ਕਿ ਬਾਹਰ ਰਹਿਣਾ ਤਾਂ ਫਿਰ ਜੁਲੇ ਹਾਂ ਅੰਦਰ ਹੁਣ ਦੇਣੇ ਵਾਲੇ ਨੇ ਖਾਣਾ ਮੈਨ ਕੋਰਸ ਦੇ ਸਰ ਸਟਾਰਟ ਨਹੀਂ ਮੈਨ ਕੋਰਸ ਨੇ ਸਟਾਰਟਰ ਜਨਾਨੀਆਂ ਵਾਲੇ ਪਾਸੇ ਸਟਾਰਟ ਕੀਤੇ ਵੀ ਨੇ ਜਿਹੜਾ ਉਹ ਇੱਧਰ ਹੀ ਨੇ ਸਾਰੇ ਪਾਸੇ ਇਹ ਚਰਾ ਮੈਂ ਵਾਪਸ ਅੰਦਰ ਲਾ ਜਾ ਸਾਂ ਤੁਸੀਂ ਹੁਣ ਬਾਹਰ ਰਹਿਣਾ ਥੋੜ੍ਹਾ ਜਿਹਾ ਤਾਂ ਅਸੀਂ ਜੁੜਨਾ ਹੀ ਆ ਕੋਈ ਬਾਹਰ ਇਸ ਟਾਈਮ ਉਹ ਬਾਹਰ ਬਿਲਡਿੰਗਾਂ ਦਾ ਕੀ ਆ ਕਿਤਨੀਆਂ ਪੁਰਾਣੀ ਬਿਲਡਿੰਗ ਹੈ ਇਹ ਹੈ ਜੀ ਬੋਲਟਨ ਟਾਊਨ ਸਾਫ ਸਫਾਈ ਕਰਨ ਲੱਗੇ ਹੁਣ ਬੰਦੇ ਉਹ ਸਾਰਾ ਕੰਮ ਖਤਮ ਹੋ ਗਿਆ ਤਾਂ ਕੋਈ ਆਇਆ ਬੰਦਾ ਪਛਾਣੋ ਕੌਣ ਹੈ ਕੁਦਰੋਂ ਆਇਆ ਇਹ ਇਸ ਪਛਾਣੀ ਲਓ ਚੰਗੀ ਤਰ੍ਹਾਂ ਇਹ ਬਾਅਦ ਹੀ ਲੱਭਣਾ ਬਹੁਤ ਘੱਟ ਹੋਣਾ ਠੀਕ ਹੈ ਠੀਕ ਹੈ